ਕਰਵਾਈ ਹੈ ਤੇ ਹੁਣ ਕਿਹੜੇ ਉਹ ਨੇ ਸਾਹਮਣਾ ਕਰਨਾ ਹੈ। ਇਸ ਏਰੀਏ ਦੀ ਟੀਮ ਹੈ ਕਿੰਦਰਬਾ ਦੇ ਲਾਗੇ ਬਸਿਆ ਨਗਰ ਹੈ। ਚਲੋ ਸਾਹਮਣੇ ਦੇਖੋ ਕਿੰਗਰੀ ਵਾਲੀ ਦੀ ਪਹਿਲੀ ਵਾਰ ਹੈ ਤੇ ਪਹਿਲੀ ਵਾਰ ਉਹ ਦੇਖੋ ਮੋਟਰਸਾਈਕਲ ਦਾ ਜੇਤੂ ਰਣਸ਼ੀ ਰਣਸ਼ੀ ਮੇਰੇ ਵੀਰੂ ਵੀ ਜਿਹੜੀ ਵਿੱਦਿਆ ਹੁੰਦੇ ਸੀ ਠੁੱਕਦੇ ਉਹ ਮੁੱਠੀਆਂ ਚ ਮੀਤੀ ਹੋਈ ਹੈ। ਜਿਹੜੇ ਪੱਤਰਾਂ ਤੇ ਲਾਉਂਦੇ ਲੋਕ ਤਾਰੀਆਂ ਉਹ ਪਾਣੀ ਸਾਡੇ ਪੀਤੇ ਹੋਏ ਹੈ ਤੇ ਸਿਰ ਕੱਢ ਵੀ ਰਿਕਾਰਡ ਪੈਦਾ ਕੀਤੇ ਹੋਏ ਹੈ ਸਿਰ ਕੱਢ ਵੀ ਰਿਕਾਰਡ ਪੈਦਾ ਕੀਤੇ ਹੋਏ ਹੈ। ਆਹ ਰਿਕਾਰਡ ਬੋਲਦੇ ਉਹਨਾਂ ਖਿਡਾਰੀਆਂ ਦੀ ਜਿਹਨਾਂ ਨੇ ਕਿਹੜੇ ਕਾਸਟ ਵਿੱਚ ਬੱਲੇ ਬੱਲੇ ਕਰਵਾਈ ਹੈ ਨਾ ਉਹਨਾਂ ਦੇ ਰਿਕਾਰਡ ਕਿਹੜੇ ਗਰਾਊਂਡਾਂ ਦੇ ਵਿੱਚ ਬੋਲਦੇ ਹੈ। ਉਹ ਸਾਹਮਣੇ ਦੇਖੋ ਬਾਲ ਫਾਈਡ ਤੀਆ ਬਾਨਾ ਸ਼ੁਰੂ ਹੋ ਗਿਆ ਕਿੰਗਰੇ ਵਾਲਿਆ ਤੀਆ ਬਾਨਾ ਸ਼ੁਰੂ ਹੋ ਗਿਆ। ਪਹਿਲੇ ਤੇ ਛੱਕਾ ਆਇਆ ਦੂਜੀ ਫਾਈਡ ਵੱਜੀ ਹੈ ਤੇ ਰਨ ਸੱਤ ਹੋ ਗਏ ਕੁਰਾਲ ਦੀ ਤਕੜਾ ਹੋ ਗਈ ਕਰਦਾ ਦੇਖੋ ਹੁਣੇ ਕੋਟ ਕਈ ਵਾਲਾ ਜੱਸੂ ਦੋ ਬਾਲ ਚੌਦਾਂ ਹੋ ਗਏ ਕੁਰਾਲ ਦੀ ਆਹ ਕਾਸ ਹੋਇਆ ਜਦੋਂ ਪਹਿਲਾ ਛੱਕਾ ਪੈ ਜਾਣਾ ਤੇ ਐ ਨੀ ਪਤਾ ਵੀ ਖੜਾ ਕਿੰਨੇ ਅੱਗੇ ਜਾ ਕੇ ਛੁੱਟੂਗਾ ਤੀਆਂ ਤੇ ਛੁੱਟੂਗਾ ਪੈਂਤੀਆਂ ਤੇ ਕਿਹਦੀ ਗੱਲ ਬਣਨੀ ਹੈ ਜਾਂ ਪੰਤਾਲੀ ਜਾਂ ਪਚਵੰਜਾ ਤੇ ਐਨ ਬੱਲੇ ਬੱਲੇ ਹੋ ਜਾਂਦੀ ਹੈ ਜਦੋਂ ਪਹਿਲਾ ਛੱਕਾ ਆ ਜਿਹਦੇ ਵੱਡੇ ਮੋਰ ਬਣਦੇ ਹੈ। ਆਹ ਦੇਖ ਲਓ ਇੱਕ ਬਾਲ ਤੇ ਚੌਦਾਂ ਚਲੇ ਗਏ ਹੈ ਇੱਕ ਬਾਲ ਤੇ ਹੁਣ ਚੌਦਾਂ ਚਲੇ ਗਏ ਹੈ। ਸਾਹਮਣੇ ਕੋਈ ਟਕਾਈ ਵਾਲਾ ਜੱਸੂ ਮੁੰਡਾ ਮਾਨਾ ਦਾ ਐਨ ਬੱਲੇ ਬੱਲੇ ਕਰਵਾਉਂਦਾ ਹੈ ਐਨ ਬੱਲੇ ਬੱਲੇ ਕਰਵਾਉਂਦਾ ਹੈ। ਲੰਬੇ ਸਮੇਂ ਤੋਂ ਕ੍ਰਿਕਟ ਖੇਡ ਰਿਹਾ ਖੇਡਦੇ ਗਰਾਊਂਡ ਦੇ ਵਿੱਚ ਐਨ ਫਿਟਨੈਸ ਦੀ ਕੈਮ ਰੱਖੀ ਹੈ। ਸਰਦਾਰ ਸਰਦੂਰ ਸਿੰਘ ਮਾਨ ਦੇ ਦੋ ਸਪੁੱਤਰ ਖੇਡਦੇ ਹੈ ਉਹ ਮਾਨ ਦੇ ਦੋ ਮੁੰਡੇ ਖੇਡਦੇ ਹੈ ਇੱਕ ਗੁਰਪਿਆਰ ਹੈ ਉਹ ਦੇਖੋ ਸਾਹਮਣੇ ਆਊਟ ਜੱਸੂ 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 ਇਹ ਹੱਥ ਪਿੱਛੇ ਤੇਰੇ ਜਿਹੇ ਵੀ ਫਿਰਦੇ ਮੈਂ ਤਾਂ ਉਂਗਲਾਂ ਦੇ ਦੁਨੀਆਂ ਨਚਾਈ ਹੋਈ ਹੈ ਹੱਥ ਪਿੱਛੇ ਤੇਰੇ ਜਿਹੇ ਵੀ ਫਿਰਦੇ ਮੈਂ ਤਾਂ ਉਂਗਲਾਂ ਦੇ ਦੁਨੀਆਂ ਨਚਾਈ ਹੋਈ ਹੈ। ਦੋ ਬੋਲਾਂ ਵੀ ਰਣ ਗਏ ਹੈ ਕਿੰਗਰਾਂ ਵਾਲਿਆ ਕਿੰਜੋ ਹੋਇਆ ਵਰਦਾ ਕਿੰਜੋ ਹੋਇਆ ਗੱਜ ਬੈਠਾ ਸ਼ਾਂਤ ਹੋਈ ਹੈ ਬਗੈਰ ਚੈੱਕ ਹੋਏ ਹੈ ਵੀ ਰਣ ਚਲੇ ਹੈ। ਉਹ ਸਾਹਮਣੇ ਕਿੰਗਰੇ ਵਾਲੀ ਪਾਈ ਹੋਈ ਬਾਲ ਨੇ ਇੱਧਰ ਮੁੰਡਾ ਮਾਨਾ ਨਾ ਚਾਰ ਚਾਰ ਚੌਵੀ ਚੌਵੀ ਪਿਛਲੀ ਵਾਰ ਵੱਡੇ ਹੋ ਜਾਣੇ ਹੈ ਕਿਲੋਮੀਟਰ ਵੱਡੇ ਹੋ ਜਾਣੇ ਹੈ ਵਾਰਡ ਚਿੰਤ ਪੁਰਨੀ ਜਿੰਨੀ ਬਣ ਜਾਣੀ ਹੈ ਚੌਵੀ ਰਨ ਹੋ ਗਏ ਹੈ ਤੇ ਹਾਲੇ ਪਹਿਲੇ ਵਧੀ ਖੇਡ ਹੈ। ਰਾਜਪੁਰ ਦਾ ਵੀ ਹੱਸਿਆ ਵੀ ਐਨ ਮੈਚ ਦਾ ਸਮਾਂ ਬਣਾ ਲਿਆ ਕੋਟ ਪਾਈ ਵਾਲੇ ਨੇ ਦੁਨੀਆ ਲੜਾਈ ਵਾਲੀ ਜਿਹੜੀ ਸਮਾਂ ਦੇ ਲੈਂਦੀ ਹੈ ਉਹ ਪਾਈ ਗਈ ਦੀ ਪਿੱਚ ਤੇ ਪਾਈ ਹੋਈ ਬਾਲ ਮਾਰ 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 ਵਾਹੇ ਨਵੇਂ ਰੜਸ਼ੇ ਰੜਸ਼ੇ ਮੋਹ ਬਾਲ ਕਿਉਂ ਕਿੰਗਰੇ ਵਾਲਾ ਆਹ ਕੀ ਬਣ ਜਾਂਦਾ ਆਉਂਦੀ ਹੈ ਗਰਮੀ ਆਉਂਦੀ ਹੈ ਗਰਮੀ ਬਗਾਨਾ ਪੁੱਤ ਚਾਹ ਦਾ ਬਿਸਕੁਟ ਕਰੀ ਜਾਂਦਾ ਹੈ ਬਗਾਨਾ ਪੁੱਤ ਇੰਜਣ ਕਰੀ ਜਾਂਦਾ ਹੈ ਇੰਜਣ ਕਰੀ ਜਾਂਦਾ ਹੈ ਇਹ ਹਾਏ ਮੇਰੀ ਜਾਨ ਖਿਲਰ ਗਈ ਭਾਣ ਹਾਏ ਮੇਰੀ ਜਾਨ ਖਿਲਰ ਗਈ ਭਾਣ ਮੈਨੂੰ ਲੱਗਦਾ ਕਿੰਗਰੇ ਵਾਲੇ ਉਮਰ ਪਹਿਲੇ ਜੀ ਕੰਮ ਹੋ ਜਾਣਾ ਇਹਦੇ ਹਿਸਾਬ ਨਾਲ ਕੰਮ ਚੱਲੀ ਜਾਂਦਾ ਨਾ ਆਹ 52 ਕਿਹੜੇ ਇੱਕ ਉਮਰ ਜੀ ਨਾ ਬਣ ਜਾਣ ਕਿੰਨੇ ਹੋ ਗਏ ਤਿੰਨ ਵਾਲਾ 31 ਤਿੰਨ ਵਾਲਾ 31 ਵਾਹ ਇਹ ਲੋ ਜਾਂਦਾ ਆਹ ਕੀ ਬਣ ਜਾਂਦਾ ਆਹ ਕ੍ਰਿਕਟ ਆ ਰਾਜਪੁਰੀ ਵਾਲਿਆ ਮੈਂ ਤੈਨੂੰ ਪਹਿਲਾਂ ਦੱਸਿਆ ਜਦੋਂ ਪਹਿਲਾ ਛੱਕਾ ਹਜੇ ਤੇ ਐ ਨੀ ਪਤਾ ਉਗਰਦਾ ਕੀ ਬਣੂਗਾ ਕਿੱਥੇ ਜਾ ਕੇ ਖੜਾ ਛੁੱਟੂਗਾ ਇਹ ਕਾਸ ਤੋਂ ਹੈ ਇਹ ਕਾਸ ਤੋਂ ਹੈ। ਲੋ ਸਾਹਮਣੇ ਦੇਖੋ ਕਿੰਗਰੇ ਵਾਲੀ ਦੀ ਪਾਲ ਅੱਜ ਸੁਪਨੇ ਕੁਲਤ ਭਾਈ ਵਾਲੇ ਨਹੀਂ ਆਉਣਗੇ ਇਹ ਲੰਮਾ ਛੱਕਾ ਲਾਉਂਦਾ ਤਰਵਿੰਦਰ ਸ਼ਿਵਸ਼ੋਦਾ
ਇੱਕ ਲਾਵਾ ਨਿੱਕਾ ਵੀ ਪਲੇਰ ਕਮਾਲ ਦਾ ਏ ਕਿ ਚੋਰਾ ਬਲੈਕੀ ਕੋਸ਼ਮੀਰ ਦਾ ਪੰਨਾ ਜਿਹਨੂੰ ਬਾਲਾ ਸੁਣ ਲਈ ਉਹ ਬਹੁਤਾ ਚਰਨਾ ਪਿੱਛੇ ਟਿਕਦੇ ਨੇ ਜਿਹਨੂੰ ਕੋਟ ਪਾਈ ਵਾਲੇ ਜਸੂ ਦਾ ਸ਼ੱਕਾ ਫਿਰਦੇ ਉਹ ਰਾਤਾਂ ਨੂੰ ਖੁੜ ਖੁੜ ਕੇ ਹੁੰਦੇ ਨੇ ਜਿਹਨੂੰ ਕੋਟ ਪਾਈ ਵਾਲੇ ਜਸੂ ਦਾ ਸ਼ੱਕਾ ਫਿਰਦੇ ਉਹ ਰਾਤਾਂ ਨੂੰ ਖੁੜ ਖੁੜ ਕੇ ਹੁੰਦੇ ਨੇ 100 ਰੁਪਇਆ ਕਮੇਟੀ ਨੇ ਪੁੱਜਦਾ ਕਰ ਦਿੱਤਾ ਮਾਨਾ ਤੇਰੇ ਲਈ ਆਹ 100 ਰੁਪਇਆ ਕਮੇਟੀ ਨੇ ਪੁੱਜਦਾ ਕਰ ਦਿੱਤਾ ਮੇਰੇ ਹੱਥ ਦੇ ਵਿੱਚ ਪਹੁੰਚਦਾ ਕਰ ਦਿੱਤਾ ਵੀ ਜਸੂ ਦੇ ਸ਼ੱਕਿਆਂ ਦਾ 100 ਗੁਣਾ ਕਰ ਦਿੱਤਾ ਹੈ। ਉਹ ਦੇਖੋ ਸਿੱਧੂ ਪਰਿਵਾਰ ਦਾ ਗੋਬਿੰਦ ਕਰਦਾ ਡਰਾਈ ਤੇ ਰਵ ਸਿੰਘ ਇੱਕ ਰਣ ਖੇਡ ਦੇ ਮੈਦਾਨ ਦੇ ਵਿੱਚ ਜੁੜੇ ਹੈ। ਕਿੰਨੇ ਹੋ ਗਏ ਜੀ 43 ਸੱਤ ਰਣ ਰਹਿ ਗਏ ਸੱਤ ਬਾਲਾਂ ਦੇ ਹੋ ਗਿਆ ਮੈਚ ਦਾ ਫੈਸਲਾ 8 ਬਾਲਾਂ ਦੇ ਬਾਈ ਕੋਟ ਭਾਈ ਜਿੱਤ ਗਈ ਮੈਚ।